ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਛੋਟਾ ਘੱਲੂਘਾਰਾ ਦੇ ਸਾਬਕਾ ਪ੍ਰਧਾਨ ਮਾਸਟਰ ਜੋਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਜੋਰ ਸਿੰਘ ਨੂੰ ਕਿਸੇ ਵੀ ਧਾਰਮਿਕ ਸਮਾਗਮ 'ਚ ਹਿੱਸਾ ਨਾ ਲੈਣ ਲਈ ਹੁਕਮਨਾਮਾ ਸੁਣਾਇਆ ਗਿਆ ਹੈ। ਫਿਰ ਵੀ ਜੋਰ ਸਿੰਘ ਵੱਲੋਂ ਲਗਾਤਾਰ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਗੁੱਸੇ 'ਚ ਆਏ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ 'ਚ ਵਿਵਾਦ ਕੀਤਾ ਗਿਆ ਸੀ ਜੋ ਕਿ ਨਿੰਦਣਯੋਗ ਹੈ। ਉਹਨਾਂ ਗੁਰਦਾਸਪੁਰ ਦੇ SSP ਤੇ DC ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਜੋਰ ਸਿੰਘ ਨੂੰ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਰੋਕਿਆ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਨਾ ਹੋਵੇ। ਦੂਜੇ ਪਾਸੇ ਇਸ ਸੰਬੰਧੀ SSP ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਹੈ ਕਿ SGPC ਮੈਂਬਰਾਂ ਵੱਲੋਂ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਸੰਬੰਧ 'ਚ ਮੰਗ ਪੱਤਰ ਦਿੱਤਾ ਗਿਆ ਹੈ। ਦਿੱਤੀ ਗਈ ਦਰਖਾਸਤ ਸੰਬੰਧੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਹੀ ਕਾਰਵਾਈ ਹੋਵੇਗੀ। ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਟਿਡ ਮੈਂਬਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ SSP ਗੁਰਦਾਸਪੁਰ ਨੂੰ ਮਿਲੇ ਹਾਂ। ਜੋ ਐਪੀਸੋਡ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦਾ ਪਿੱਛੇ ਤੋਂ ਤੁਰਿਆ ਆਇਆ ਆ ਉਹਦੇ ਵਿੱਚ ਇੱਕ ਨਵਾਂ ਮੋੜ ਆਇਆ ਸੀ ਕਿ ਅੱਜ ਤੋਂ 3 ਦਿਨ ਪਹਿਲਾਂ ਉੱਥੇ ਇੱਕ ਝਗੜਾ ਹੋਇਆ ਸੀਗਾ। ਉਸ ਸੰਬੰਧ 'ਚ ਅੱਜ ਅਸੀਂ ਮਿਲਣ ਵਾਸਤੇ ਆਏ ਹਾਂ ਔਰ ਅਸੀਂ ਲਿਖਤੀ ਤੌਰ 'ਤੇ ਵੀ ਮੈਮੋਰੰਡਮ ਜਿਹੜਾ ਵਾ DC ਅਤੇ SSP ਗੁਰਦਾਸਪੁਰ ਨੂੰ ਦਿੱਤਾ ਆ। ਉਹਦੇ 'ਚ ਇਹ ਹੈ ਕਿ ਜੋ ਲੋਕਲ ਗੁਰਦੁਆਰਾ ਕਮੇਟੀ ਦਾ ਸਾਬਕਾ ਪ੍ਰਧਾਨ ਮਾਸਟਰ ਜੋਹਰ ਸਿੰਘ, ਜਿਹਨੂੰ ਕਿ ਅਕਾਲ ਤਖਤ ਸਾਹਿਬ ਵੱਲੋਂ 13/10/2017 ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀਗਾ, ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਜੋ ਹੁਕਮਨਾਮਾ ਜਾਰੀ ਹੋਇਆ ਆ ਉਹਦੇ ਵਿੱਚ ਉਹਨਾਂ ਨੇ ਸਪੱਸ਼ਟ ਲਿਖਿਆ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਪੰਥਕ ਸੇਵਾਵਾਂ ਵਿੱਚ ਹਿੱਸਾ ਨਹੀਂ ਲਵੇਗਾ। ਲੇਕਿਨ ਮਾਸਟਰ ਜੋਹਰ ਸਿੰਘ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਆਪਣੀ ਰਿਹਾਇਸ਼ ਰੱਖੀ ਹੋਈ ਹੈ, ਜਿਹਦੇ ਵਿੱਚ ਪਰਸੋਂ ਰਾਤ ਨੂੰ ਆਪਣੇ ਸੰਗਤਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਤੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਅਤੇ ਤੂੰ ਹੁਣ ਕੋਈ ਵੀ ਪੰਥਕ ਸੇਵਾ ਨਹੀਂ ਨਿਭਾ ਸਕਦਾ ਅਤੇ ਤੂੰ ਹੁਣ ਕਿਸੇ ਕਮੇਟੀ ਦਾ ਪ੍ਰਧਾਨ ਵੀ ਨਹੀਂ, ਇਸ ਕਰਕੇ ਤੇਰੀ ਰਿਹਾਇਸ਼ ਹੁਣ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋਣੀ ਚਾਹੀਦੀ। ਉਸ ਗੱਲ ਤੋਂ ਉਹਦੇ ਬੰਦਿਆਂ ਨੇ ਸੰਗਤ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਜ਼ਖਮੀ ਕਰ ਦਿੱਤਾ। ਲੇਕਿਨ ਮੌਜੂਦਾ ਸਰਕਾਰ ਨੇ ਜਿਹੜੀ ਸੰਗਤ ਸੀ ਉਹਨਾਂ ਵਿੱਚ ਛੋਟੇ ਛੋਟੇ ਬੱਚਿਆਂ 'ਤੇ, ਔਰਤਾਂ 'ਤੇ ਔਰ ਬਜ਼ੁਰਗਾਂ 'ਤੇ ਪਰਚੇ ਕਰ ਦਿੱਤੇ ਆ। ਅਸੀਂ ਅੱਜ ਇਸ ਕਰਕੇ ਮਿਲੇ ਹਾਂ ਕਿ ਇਹ ਬਹੁਤ ਵੱਡਾ ਅਨਿਆਂ ਆ। ਇਹਦੇ ਵਿੱਚ ਦੋਸ਼ੀ ਮਾਸਟਰ ਜੋਹਰ ਸਿੰਘ ਆ, ਜਿਹਨੇ ਤਨਖਾਹੀਆ ਹੋਣ ਦੇ ਬਾਵਜੂਦ ਵੀ ਆਪਣੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਵਿੱਚ ਜਾਰੀ ਰੱਖੀਆਂ ਹੋਈਆਂ ਨੇ। ਇਹ ਕਦੀ ਵੀ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਪ੍ਰਸ਼ਾਸਨ ਨੂੰ ਇਹ ਕਹਿ ਕੇ ਆਏ ਹਾਂ ਕਿ ਇਹ ਗਲਤੀ ਉਹਦੀ ਆ ਅਤੇ ਸਜ਼ਾ ਤੁਸੀਂ ਲੋਕਾਂ ਨੂੰ ਦੇ ਰਹੇ ਹੋ। ਜੋ ਇਹ ਪਰਚੇ ਦਰਜ ਕੀਤੇ ਗਏ ਨੇ ਬਜ਼ੁਰਗਾਂ 'ਤੇ, ਬੱਚਿਆਂ 'ਤੇ, ਔਰਤਾਂ 'ਤੇ, ਉਹ ਪਰਚੇ ਰੱਦ ਕੀਤੇ ਜਾਣ ਅਤੇ ਸਾਨੂੰ ਆਸ਼ਵਾਸਨ ਦਵਾਇਆ ਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਵੀ ਅਤੇ SSP ਗੁਰਦਾਸਪੁਰ ਨੇ ਵੀ ਇਨਕੁਆਇਰੀ ਮਾਰਗ ਕੀਤੀ ਹੈ DSP ਮਨਜੀਤ ਸਿੰਘ ਨੂੰ ਕਿ ਅਸੀਂ ਇਨਕੁਆਇਰੀ ਕਰਕੇ ਜੋ ਸੱਚ ਹੋਵੇਗਾ ਉਹ ਕਰਾਂਗੇ। SGPC ਦੇ ਮੈਂਬਰ ਸਾਹਿਬਾਨ ਜਿਹੜੇ ਮੇਰੇ ਕੋਲ ਆਏ ਨੇ, ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ। ਇਹ ਦਰਖਾਸਤ ਮੈਂ DSP ਆਰ ਨੂੰ ਮਾਰਗ ਕੀਤੀ ਹੈ
ਉਹ ਸਾਰੀ ਗੱਲ ਨੂੰ ਐਗਜ਼ਾਮਨ ਕਰਨਗੇ, ਜਿਹੜੀ ਇਹਦੇ 'ਚ ਅਸਲੀਅਤ ਹੋਈ ਉਹ ਸਾਹਮਣੇ ਲੈ ਕੇ ਆਵਾਂਗੇ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।